ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਆਪਣਾ ਪੰਜਾਬ ਦਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ। ਬਸ ਤੁਹਾਡੇ ਨਾਲ ਦੋ ਗੱਲਾਂ ਹੀ ਕਰਨੀਆਂ ਸੀਗੀਆਂ, ਤੁਹਾਡਾ ਬਹੁਤ ਜ਼ਿਆਦਾ ਟਾਈਮ ਨਹੀਂ ਲੈਣਾ। ਅਸੀਂ ਜਦੋਂ ਇਹ ਗੱਲ ਕਹਿੰਦੇ ਹਾਂ ਕਿ ਪੰਜਾਬ ਦਾ ਮਾਣਯੋਗ ਮੁੱਖ ਮੰਤਰੀ, ਤੁਹਾਡਾ ਮੁੱਖ ਮੰਤਰੀ, ਪੰਜਾਬੀਆਂ ਦਾ ਮੁੱਖ ਮੰਤਰੀ, ਸਾਡਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ, ਜੋ ਕਹਿੰਦਾ ਉਹਦੇ ਵਿੱਚ ਦਮ ਖੰਮ ਹੁੰਦਾ, ਉਹ ਕਦੇ ਝੂਠ ਨਹੀਂ ਬੋਲਦਾ। ਵਿਰੋਧੀਆਂ ਨੇ ਪਿਛਲੇ ਤਿੰਨ ਚਾਰ ਮਹੀਨਿਆਂ, ਚਾਰ ਪੰਜ ਮਹੀਨਿਆਂ ਤੋਂ ਇੰਨਾ ਪ੍ਰਚਾਰ ਕੀਤਾ ਸੀਗਾ ਕਿ ਜੀ ਵਿਧਾਨ ਸਭਾ ਦੇ ਸੈਸ਼ਨ ਗੈਰ ਕਾਨੂੰਨੀ ਦੇ ਜੀ, ਇਹਨਾਂ ਨੂੰ ਵਿਧਾਨ ਸਭਾ ਚਲਾਉਣੀ ਨਹੀਂ ਆਉਂਦੀ ਜੀ, ਇਹਨਾਂ ਨੇ ਬਿੱਲ ਜਿਹੜੇ ਆ ਜੀ ਗਲਤ ਪੇਸ਼ ਕਰਤੇ, ਪਤਾ ਨੀ ਕਿੰਨਾ ਕਿੰਨਾ ਦਿੰਦੇ ਸੀ। ਜਿਹੜੇ ਲੋਕ ਰੋਜ਼ ਪੰਜਾਬ ਦੇ ਗਵਰਨਰ ਦੇ ਦਰਵਾਜ਼ੇ ਖੜਕਾਉਂਦੇ ਸੀ ਜਾ ਕੇ, ਅੱਜ ਸੁਪਰੀਮ ਕੋਰਟ ਨੇ ਜੋ ਫੈਸਲਾ ਦਿੱਤਾ, ਇਤਿਹਾਸਕ ਫੈਸਲਾ ਦਿੱਤਾ, ਉਹਨਾਂ ਨੇ ਬੜਾ ਸਪਸ਼ਟ ਫੈਸਲਾ ਦਿੱਤਾ, ਉਹਨਾਂ ਨੇ ਬੜਾ ਸਪਸ਼ਟ ਡਾਇਰੈਕਸ਼ਨ ਦਿੱਤੀ ਹੈ। ਉਹ ਜੂਨ ਮਹੀਨੇ ਦੇ ਵਿੱਚ ਜਿਹੜੇ ਇਜਲਾਸ ਹੋਇਆ ਸੀਗਾ ਉਹਨੂੰ ਵੀ ਜਸਟੀਫਾਈ ਕੀਤਾ ਕਿ ਬਿਲਕੁਲ ਸਹੀ ਸੀਗਾ, ਅਸੀਂ ਜਿੰਨੇ ਬਿੱਲ ਪਾਸ ਕੀਤੇ ਉਹ ਸਹੀ ਸੀਗੇ। ਸਾਡੇ ਵਿਰੋਧੀ ਕਿੰਨੇ ਜ਼ੋਰਾਂ ਨਾਲ ਪ੍ਰਚਾਰ ਕਰਦੇ ਸੀਗੇ, ਉਹ ਤਾਂ ਮਤਲਬ ਕੋਈ ਮੌਕਾ ਨਹੀਂ ਜਾਣ ਦਿੰਦੇ ਕਿ ਮਾਨ ਸਾਹਿਬ ਨੂੰ ਕਿੱਦਾਂ ਬਦਨਾਮ ਕਰਨਾ। ਪਰ ਸਰ ਮੈਂ ਤੁਹਾਨੂੰ ਬੇਨਤੀ ਕਰੂੰਗਾ ਸਾਰੇ ਪੰਜਾਬੀਆਂ ਨੂੰ ਕਿ ਤੁਹਾਡਾ ਮੁੱਖ ਮੰਤਰੀ ਜਿਹਦੇ ਉੱਤੇ ਤੁਸੀਂ ਇੰਨਾ ਵਿਸ਼ਵਾਸ ਪ੍ਰਗਟ ਕੀਤਾ, ਜਿਹਦੇ ਤੇ ਵਿਸ਼ਵਾਸ ਪ੍ਰਗਟ ਕਰਕੇ ਤੁਸੀਂ 92 MLA ਚੁਣ ਕੇ ਭੇਜੇ ਆ, ਸਰ ਕਈ ਔਂਕੜਾਂ ਆਉਣਗੀਆਂ, ਵਿਰੋਧੀ ਕਈ ਨੀਵੇਂ ਪੱਧਰ ਦਾ ਪ੍ਰਚਾਰ ਕਰਨਗੇ, ਕਈ ਹੱਥ ਕੰਡੇ ਵਰਤਣਗੇ, ਪਰ ਮੈਂ ਤੁਹਾਨੂੰ ਦਾਅਵੇ ਨਾਲ ਕਹੂੰਗਾ ਕਿ ਇੱਦਾਂ ਦਾ ਮੁੱਖ ਮੰਤਰੀ ਜਦੋਂ ਦਾ ਪੰਜਾਬ ਬਣਿਆ ਨਾ ਅਜੇ ਤੱਕ ਇੱਦਾਂ ਦਾ ਮੁੱਖ ਮੰਤਰੀ ਆਇਆ, ਨਾ ਇੱਦਾਂ ਦਾ ਆਊਗਾ ਜਿਹੜਾ ਲੋਕਾਂ ਦਾ, ਆਮ ਲੋਕਾਂ ਦਾ ਮੁੱਖ ਮੰਤਰੀ ਸਰ, ਜਿਹੜਾ ਅੱਜ ਵੀ ਸੰਗਰੂਰ ਦੇ ਵਿੱਚ ਕਿਰਾਏ ਦੇ ਘਰ ਦੇ ਵਿੱਚ ਰਹਿੰਦਾ, ਇੱਦਾਂ ਦਾ ਮੁੱਖ ਮੰਤਰੀ ਕਦੀ ਨਹੀਂ ਮਿਲਣਾ। ਸੋ ਮੈਂ ਮੁੱਖ ਮੰਤਰੀ ਜੀ ਨੂੰ, ਪੰਜਾਬੀਆਂ ਨੂੰ, ਸਾਰੇ ਪੰਜਾਬੀਆਂ ਨੂੰ, ਦੁਨੀਆਂ ਭਰ ਵਿੱਚ ਬੈਠੇ ਪੰਜਾਬੀਆਂ ਨੂੰ ਵਧਾਈ ਦਿੰਦਾ ਕਿ ਸੁਪਰੀਮ ਕੋਰਟ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜੇ ਵਿਧਾਨ ਸਭਾ ਦੇ ਸੈਸ਼ਨ ਸੱਦੇ ਗਏ ਸੀ, ਜਿਹੜੇ ਮਾਣਯੋਗ ਸਪੀਕਰ ਸਾਹਿਬ ਨੇ ਸੱਦੇ ਸੀਗੇ, ਉਹਨਾਂ ਤੇ ਮੋਹਰ ਲਾਈ ਆ, ਉਹ ਠੀਕ ਸੀਗੇ, ਸਾਡੇ ਬਿੱਲ ਠੀਕ ਸੀਗੇ, ਸਭ ਕੁਝ ਠੀਕ ਸੀਗਾ। ਸੋ ਮੈਂ ਤੁਹਾਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਵਿਰੋਧੀ ਜਿੰਨਾ ਮਰਜ਼ੀ ਪ੍ਰਚਾਰ ਕਰ ਲੈਣ, ਇਹਨਾਂ ਕੋਈ ਏਜੰਡਾ ਨਹੀਂ ਹੈ, ਕੁਛ ਨਹੀਂ ਹੈ। ਜਿੱਦਾਂ ਇਹਨਾਂ ਨੇ 1 ਨਵੰਬਰ ਵਾਲੇ ਇਸ਼ੂ ਤੇ ਪ੍ਰਚਾਰ ਕੀਤਾ ਸੀਗਾ, ਜਿੱਦਾਂ ਇਹਨਾਂ ਨੇ ਮਤਲਬ ਜਿਹੜਾ ਇਹ ਪ੍ਰਚਾਰ ਸਾਡੇ ਵਿਧਾਨ ਸਭਾ ਸੈਸ਼ਨ ਵਾਲਾ ਕੀਤਾ ਸੀਗਾ, ਅੱਜ ਸਭ ਚੀਜ਼ਾਂ ਨੰਗੀਆਂ ਹੋ ਗਈਆਂ, ਅੱਜ ਇੱਕ ਇੱਕ ਚੀਜ਼ ਨੰਗੀ ਹੋ ਗਈ ਆ। ਸੋ ਮੈਂ ਤੁਹਾਨੂੰ ਵਧਾਈ ਦੇਣੀ ਚਾਹੁੰਦਾ ਔਰ ਮੈਂ ਕਹੂੰਗਾ ਕਿ ਤੁਹਾਡਾ ਮੁੱਖ ਮੰਤਰੀ ਕਦੀ ਵੀ ਪੰਜਾਬ ਦੀ ਧਰਤੀ ਤੇ ਗਲਤ ਕੰਮ ਨਹੀਂ ਕਰੂਗਾ। ਅੱਜ ਵੀ ਉਹਨਾਂ ਨੇ ਕਈ ਲੋਕਾਂ ਨੂੰ ਨੌਕਰੀਆਂ ਦਿੱਤੀਆਂ, ਪੰਜਾਬ ਇਸ ਵੇਲੇ ਵਿਕਾਸ ਦੇ ਰਾਹ ਦੇ ਉੱਤੇ ਆ, ਪੰਜਾਬ ਜਿਹੜਾ ਨੌਜਵਾਨਾਂ ਨੂੰ ਨੌਕਰੀਆਂ ਦੇ ਰਿਹਾ, ਇਹ ਸਾਰਾ ਕੁਝ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਤੀਸ਼ੀਲ ਅਗਵਾਈ ਦੇ ਵਿੱਚ ਹੋ ਰਿਹਾ। ਸੋ ਪੰਜਾਬੀਓ, ਤੁਸੀਂ ਭਰੋਸਾ ਬਰਕਰਾਰ ਰੱਖਿਓ, ਵੱਡੇ ਚੈਲੇਂਜ ਨੇ। 75 ਸਾਲ ਲਾ ਕੇ ਅਕਾਲੀ ਕਾਂਗਰਸੀ ਜਿਹੜੇ ਇਹ ਟੋਏ ਪੁੱਟ ਗਏ ਆ ਸਾਡੇ ਵਾਸਤੇ, ਪੰਜਾਬ ਦੇ ਵਿੱਚ ਟੋਏ ਪੁੱਟ ਗਏ ਆ, ਉਹਨਾਂ ਨੂੰ ਪੂਰਨ ਤੇ ਥੋੜਾ ਟਾਈਮ ਲੱਗੂਗਾ, ਟਾਈਮ ਲੱਗੂਗਾ, ਪਰ ਸਰਦਾਰ ਭਗਵੰਤ ਸਿੰਘ ਮਾਨ ਉਹ ਸਭ ਚੀਜ਼ਾਂ ਖਤਮ ਕਰ ਦੇਣਗੀਆਂ ਜਿਹੜੀਆਂ ਪੰਜਾਬ ਦੇ ਵਿੱਚ ਕਦੇ ਹਾਲਾਤ ਖਰਾਬ ਹੋ ਗਏ ਜੀ, ਕਦੇ ਆਹ ਹੋ ਗਿਆ ਜੀ, ਕਦੇ ਉਹ ਹੋ ਗਿਆ ਜੀ, ਮਤਲਬ ਕੋਈ ਟਾਈਮ ਨਹੀਂ ਛੱਡਦੇ ਜਦੋਂ ਇਹ ਭਗਵੰਤ ਮਾਨ ਜੀ ਦੀ ਬਦਨਾਮੀ ਨਹੀਂ ਕਰਦੇ। ਪਰ ਕੁਦਰਤ ਬੜੀ ਨਿਆਰੀ ਆ, ਕਾਨੂੰਨ ਬੜਾ ਨਿਆਰਾ, ਹਿੰਦੁਸਤਾਨ ਦਾ ਕਾਨੂੰਨ ਬਾਬਾ ਸਾਹਿਬ ਅੰਬੇਦਕਰ ਬਣਾ ਕੇ ਗਏ ਆ, ਅਸੀਂ ਕੋਈ ਗਲਤ ਕੰਮ ਨਹੀਂ ਕਰਦੇ। ਇਹ ਕਹਿੰਦੇ ਕੀ ਕਹਿ ਦਿੰਦੇ ਆ, ਕਹਿੰਦੇ ਜੀ ਪਤਾ ਨੀ ਜੀ ਕਿੱਥੋਂ ਦੇ ਆ ਗਏ ਜੀ, ਇਹ ਕਿੱਦਾਂ ਚੁਣ ਕੇ ਆ ਗਏ। ਮੇਰਾ ਖਿਆਲ ਅੱਜ ਜਿਹੜੇ ਬੰਦੇ ਸਾਨੂੰ ਕਹਿੰਦੇ ਸੀਗੇ ਇਹ ਕਿਹੜਾ ਮਟੀਰੀਅਲ ਆ, ਉਹਨਾਂ ਨੂੰ ਅੱਜ ਪਤਾ ਲੱਗ ਗਿਆ ਵੀ ਅਸੀਂ ਕਿਹੜਾ ਮਟੀਰੀਅਲ ਆ। ਅੱਜ ਉਹਨਾਂ ਨੂੰ ਸਮਝ ਲੱਗ ਗਈ ਕਿ ਜਦੋਂ ਅਸੀਂ ਕਹਿੰਦੇ ਵੀ ਗਵਰਨਰ ਬੀਜੇਪੀ ਦੀ ਪੋਲਿਟਿਕਸ ਕਰ ਰਿਹਾ, ਗਵਰਨਰ ਹਾਊਸ ਜਿਹੜਾ ਬੀਜੇਪੀ ਦਾ ਦਫ਼ਤਰ ਬਣ ਗਿਆ, ਗਵਰਨਰ ਸਾਹਿਬ
ਬਾਅਦ ਬਾਅਦ ਕਦੀ ਬਾਰਡਰ ਤੇ ਜਾਂਦੇ ਸੀ, ਕਦੀ ਕੁਛ ਕਰਦੇ, ਕਦੀ ਕੁਛ ਕਰਦੇ ਸੀਗੇ। ਉਹ ਸਾਡੀ ਸਰਕਾਰ ਨੂੰ ਕਮਜ਼ੋਰ ਕਰਨਾ ਚਾਹੁੰਦੇ ਸੀ, ਪਰ ਮਾਣਯੋਗ ਸੁਪਰੀਮ ਕੋਰਟ ਜਿਹਦੇ ਵਿੱਚ ਸਾਨੂੰ ਅਟੁੱਟ ਵਿਸ਼ਵਾਸ ਹੈ, ਉਹਨੇ ਅੱਜ ਜਿਹੜਾ ਫੈਸਲਾ ਦਿੱਤਾ, ਉਹਨੇ ਸਪਸ਼ਟ ਕਰ ਦਿੱਤਾ ਕਿ ਲੋਕਾਂ ਦੇ ਚੁਣੇ ਨੁਮਾਇੰਦੇ, ਲੋਕਾਂ ਦੇ ਚੁਣੇ ਨੁਮਾਇੰਦੇ ਜਿਹੜੇ ਆ ਉਹੀ ਵਿਧਾਨ ਸਭਾ ਦੇ ਅੰਦਰ ਆਪਣੀ ਗੱਲ ਕਰਦੇ ਆ। ਉਹਨਾਂ ਦਾ ਫੈਸਲਾ ਦੁਰਸਤ ਹੁੰਦਾ, ਉਹ ਲੋਕਾਂ ਦੀ ਵੋਟ ਦਾ ਮਤਲਬ ਹੀ ਇਹ ਆ। ਇਹ ਥੋੜ੍ਹਾ ਕਿ ਤੁਸੀਂ ਇਲੈਕਟਡ ਬੰਦੇ ਨੂੰ ਛੱਡ ਕੇ ਸਿਲੈਕਟਡ ਬੰਦਾ ਜਿਹੜਾ ਕਦੇ ਏਦਾਂ ਨਹੀਂ ਹੁੰਦਾ। ਸੋ ਮੈਂ ਸਭ ਨੂੰ ਬਹੁਤ ਵਧਾਈਆਂ ਦਿੰਦਾ, ਔਰ ਮੈਨੂੰ ਪੂਰਨ ਆਸ ਹੈ ਕਿ ਸਾਡਾ ਮੁੱਖ ਮੰਤਰੀ ਪੰਜਾਬੀਆਂ ਦਾ ਕਦੀ ਮੋਢਾ ਨਹੀਂ ਲੱਗਣ ਦਊਗਾ, ਕਦੀ ਵੀ ਤੁਹਾਨੂੰ ਲਾਮਾ ਨਹੀਂ ਆਊਗਾ। ਪੰਜਾਬੀਓ, ਤਕੜੇ ਹੋ ਕੇ ਸਰਕਾਰ ਦਾ ਸਾਥ ਦਿਓ। ਪੰਜਾਬ ਦੇ ਅੰਦਰ ਜੋ ਕੁਛ ਵੀ ਨੈਗੇਟਿਵ ਚੀਜ਼ਾਂ ਨੇ ਆਪਾਂ ਸਹਿਜੇ ਸਹਿਜੇ ਸਾਰੀਆਂ ਜਿਹੜੀਆਂ ਠੀਕ ਕਰ ਦਿਆਂਗੇ, ਸਹਿਜੇ ਸਹਿਜੇ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਠੀਕ ਕਰ ਦੇਣਗੇ। ਮੇਰੀ ਗਵਰਨਰ ਸਾਹਿਬ ਨੂੰ ਬੇਨਤੀ ਹੈ ਕਿ ਉਹ ਅੱਜ ਸੁਪਰੀਮ ਕੋਰਟ ਦੇ ਫੈਸਲੇ ਸੁਣ ਕੇ ਪੰਜਾਬ ਦੇ ਨਾਲ ਚੱਲਣ, ਉਹ ਪੰਜਾਬ ਦੇ ਗਵਰਨਰ ਦੇ ਪੰਜਾਬ ਦਾ ਭਲਾ ਮੰਗਣ, ਪੰਜਾਬ ਦੀ ਸਰਕਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ। ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਸਰ ਉਹ ਤੁਸੀਂ ਸੰਵਿਧਾਨ ਦੇ ਕਾਨੂੰਨ ਦੇ ਦਾਇਰੇ ਚ ਰਹਿ ਕੇ, ਉਹਦੀ ਡਾਇਰੈਕਸ਼ਨ ਚ ਰਹਿ ਕੇ, ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨਾਲ ਚੱਲ ਕੇ, ਸਰਕਾਰ ਦੇ ਨਾਲ ਚੱਲ ਕੇ ਆਓ, ਪੰਜਾਬ ਦਾ ਭਲਾ ਕਰੀਏ, ਪੰਜਾਬ ਦੇ ਮੁੱਦੇ ਹੱਲ ਕਰੀਏ। ਇਹ ਨਹੀਂ ਹੈ ਕਿ ਤੀਜੇ ਦਿਨ ਲੈਟਰ ਦੇਖਤੀ ਜੀ ਆਹ ਕਰਤਾ ਜੀ ਉਹ ਕਰਤਾ ਜੀ, ਇਹ ਚੀਜ਼ਾਂ ਬਿਲਕੁਲ ਮਤਲਬ ਜਿਹੜੀਆਂ ਉਹ ਗੈਰ ਕਾਨੂੰਨੀ ਸੀਗੀਆਂ ਉਹ ਮੇਰੇ ਕਹਿਣ ਦੀ ਲੋੜ ਨਹੀਂ, ਅੱਜ ਸੁਪਰੀਮ ਕੋਰਟ ਨੇ ਸਾਬਤ ਕਰਤਾ। ਔਰ ਜਿਹੜੇ ਵਿਰੋਧੀ ਤੀਜੇ ਦਿਨ ਗਵਰਨਰ ਸਾਹਿਬ ਦੇ ਬੂਹੇ ਗਾੜੀ ਖੋਤੇ ਹੁੰਦੇ ਜਾ ਕੇ, ਉਹਨਾਂ ਨੂੰ ਪਤਾ ਲੱਗ ਗਿਆ ਕਿ ਸਰ ਸੱਚ ਸੱਚ ਹੈ, ਝੂਠ ਝੂਠ ਹੈ। ਇਹੀ ਮੇਰੇ ਮੁੱਖ ਮੰਤਰੀ ਦੇ ਭਗਵੰਤ ਮਾਨ ਦੇ ਵਿੱਚ ਇੱਕ ਸ਼ਕਤੀ ਹੈ ਕਿ ਉਹ ਸੱਚ ਮੂੰਹ ਤੇ ਕਹਿੰਦਾ, ਸੱਚ ਮੂੰਹ ਤੇ ਸੁਣਦਾ। ਇਹ ਜਿਹੜੇ ਲੋਕ ਨੇ ਅਕਾਲੀ ਕਾਂਗਰਸੀ ਬੀਜੇਪੀ ਵਾਲੇ, ਇਹ ਸੱਚ ਬੋਲਦੇ ਨਹੀਂ, ਇਹਨਾਂ ਨੇ ਝੂਠ ਦਾ ਸੌਦਾ ਕੀਤਾ ਹੁਣ ਤੱਕ 75 ਸਾਲ ਲੋਕਾਂ ਨੂੰ ਲੁੱਟਿਆ ਖੁੱਟਿਆ। ਸੋ ਜਦੋਂ ਸੱਚ ਬੋਲਦਾ ਫਿਰ ਤੜਫਦੇ ਆ, ਫਿਰ ਉਹਦੇ ਉੱਤੇ ਮਤਲਬ ਊਜਲੂ ਦੋਸ਼ ਲਾਉਂਦੇ ਆ। ਬਸ ਇਹ ਸਭ ਚੀਜ਼ਾਂ ਕਲੀਅਰ ਹੁੰਦੀਆਂ ਜਾਂਦੀਆਂ, ਪੰਜਾਬੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਪਤਾ ਲੱਗਦਾ ਜਾਂਦਾ ਕਿ ਸਰ ਮਾਨ ਸਾਹਿਬ ਜੋ ਕਰ ਰਹੇ ਆ ਉਹ ਪੰਜਾਬ ਦੇ ਹਿੱਤਾਂ ਲਈ ਕਰ ਰਹੇ, ਔਰ ਪੰਜਾਬ ਨੂੰ ਦਿਲੋਂ ਬਚਾਉਣਾ ਚਾਹੁੰਦੇ ਆ। ਸੋ ਮੈਂ ਤੁਹਾਨੂੰ ਸਭ ਨੂੰ ਬਹੁਤ ਬਹੁਤ ਵਧਾਈ ਦਿੰਦਾ, ਔਰ ਤੁਹਾਨੂੰ ਕਹੂੰਗਾ ਕਿ ਆਪਣੇ ਜਿਹੜੇ ਮੁੱਖ ਮੰਤਰੀ ਆ ਉਹਨਾਂ ਤੇ ਵਿਸ਼ਵਾਸ ਰੱਖਿਓ, ਜਿਹੜਾ ਵਿਸ਼ਵਾਸ ਤੁਹਾਨੂੰ 22 ਦੇ ਵਿੱਚ ਉਹਨਾਂ 'ਚ ਪ੍ਰਗਟ ਕੀਤਾ ਸੀਗਾ ਉਹ ਤੁਹਾਡਾ ਵਿਸ਼ਵਾਸ ਨਹੀਂ ਟੁੱਟਣ ਦੇਣਗੇ, ਔਰ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਕੇ ਜਿਹੜਾ ਛੱਡਣਗੇ, ਜਿਹੜੀ ਉਹਨਾਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਿੰਡ ਵਿੱਚ ਓਥ ਲਈ ਸੀ ਸਹੁੰ ਖਾਧੀ ਸੀਗੀ, ਉਹ ਪੰਜਾਬ ਨੂੰ ਰੰਗਲਾ ਪੰਜਾਬ ਜਿਹੜਾ ਉਹ ਬਣਾ ਕੇ ਹੀ ਸਾਹ ਲੈਣਗੇ। ਇਹੀ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਸੀਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।